ਤੇ ਕਿੰਨੇ ਵਜੇ ਤੁਸੀਂ ਇਹ ਸਬੀਲ ਜਿਹੜੀ ਸ਼ੁਰੂ ਕਰ ਦਿੱਤੀ ਸੀ? ਜਿੰਨਾ ਚਿਰ ਵੋਟਾਂ ਪੈਣਗੀਆਂ ਜੀ ਸਕੂਲ ਦੇ ਵਿੱਚ, ਉਹਨਾਂ ਚਿਰ ਸਾਡੀ ਸਬੀਲ ਚੱਲੂਗੀ ਜੀ। ਵੋਟਰਾਂ ਨੂੰ ਬੜਾ ਉਤਸ਼ਾਹਿਤ ਕਰ ਰਹੇ ਹੋ ਵੀ ਵੋਟ ਪਾਓ ਤੇ ਠੰਡਾ ਮਿੱਠਾ ਜਲ ਛੱਕ ਕੇ ਜਾਓ। ਹਾਂਜੀ ਹਾਂਜੀ ਹਾਂਜੀ, ਪਾਣੀ ਪੀ ਕੇ ਜਾਓ, ਵੋਟ ਪਾ ਕੇ ਆਓ, ਪਾਣੀ ਪੀ ਕੇ ਜਾਓ, ਵੋਟ ਪਾ ਕੇ ਆਓ। ਗਰਮੀ ਦਾ ਮੌਸਮ ਹੈ, ਕਿੰਨੇ ਕੁ ਲੋਕ ਨੇ ਜਿਹੜੇ ਹਲੇ ਤੱਕ ਤੁਹਾਡੇ ਕੋਲੋਂ ਪਾਣੀ ਪੀ ਕੇ ਜਾ ਚੁੱਕੇ ਨੇ? ਜੀ, ਹਮੇ ਪਾਣੀ ਬਣਾਇਆ ਵੀ ਨਹੀਂ ਸੀਗਾ ਜੀ, ਉਦੋਂ ਤੋਂ ਹੀ ਆਉਣ ਲੱਗ ਗਏ ਸੀਗੇ ਸਾਡੇ ਕੋਲ। ਸਤਿ ਸ੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ, ਮੈਂ ਹਾਂ ਪ੍ਰਕਾਸ਼ ਸ਼ਰਮਾ। ਅੱਜ ਤੁਹਾਨੂੰ ਦੱਸ ਦਈਏ ਇੱਕ ਖਾਸ ਦਿਨ ਹੈ, ਤੁਹਾਨੂੰ ਦੱਸ ਦਈਏ ਕਿ 8 ਰਾਜਾਂ ਦੇ ਵਿੱਚ 1 ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ 904 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਸ਼ਾਮ ਦੇ 6 ਵਜੇ ਤੱਕ EVM ਮਸ਼ੀਨਾਂ ਦੇ ਵਿੱਚ ਕੈਦ ਹੋ ਜਾਣ ਵਾਲਾ ਹੈ ਤੇ ਹੁਣ 4 ਤਰੀਕ ਨੂੰ ਇਹਨਾਂ ਵੋਟਾਂ ਦਾ ਜਿਹੜਾ ਰਿਜ਼ਲਟ ਵੀ ਆਉਣ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਸਾਡਾ ਇਸ ਵੀਡੀਓ ਨੂੰ ਕਵਰ ਕਰਨ ਦਾ ਖਾਸ ਮਕਸਦ ਇਹ ਸੀਗਾ ਵੀ ਵੋਟਾਂ ਵਾਲੇ ਦਿਨ ਕੁਝ ਕੁ ਨੌਜਵਾਨਾਂ ਦੇ ਵੱਲੋਂ ਵੋਟਰਾਂ ਦੇ ਲਈ, ਖਾਸ ਤੌਰ ਤੇ ਵੋਟਰਾਂ ਦੇ ਲਈ ਹੈ, ਜਿਹੜਾ ਅੱਜ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ ਹੈ ਤੇ ਗੱਲਬਾਤ ਵੀ ਕਰਾਂਗੇ ਨੌਜਵਾਨਾਂ ਦੇ ਨਾਲ। ਬਾਈ ਜੀ, ਕੀ ਨਾਮ ਹੈ ਤੁਹਾਡਾ ਜੀ? ਸਤਿ ਸ੍ਰੀ ਅਕਾਲ ਜੀ, ਮੈਂ ਜੀ ਰੈਂਬੋ, ਕਬੱਡੀ ਪਲੇਅਰ ਹਾਂ। ਤੇ ਰੈਂਬੋ ਜੀ, ਅੱਜ ਖਾਸ ਕਰਕੇ ਪਹਿਲਾਂ ਤਾਂ ਇਹ ਦੱਸੋ ਵੀ ਕਿਸੇ ਪਾਰਟੀ ਦੇ ਵੱਲੋਂ ਲਾਈ ਗਈ ਹੈ ਜਾਂ ਤੁਹਾਡਾ ਆਪਣਾ ਨਿੱਜੀ ਫੈਸਲਾ? ਨਹੀਂ ਨਹੀਂ ਜੀ, ਅਸੀਂ 30 ਦਿਨ ਬਾਅਦ ਲਾ ਦਿੰਦੇ ਜੀ ਸਵੀਰ। ਸਾਡੀ ਅੱਜ ਸਾਡਾ ਪਰਾਲਾ ਸੀਗਾ ਕੱਲ ਲਾਉਣ ਦਾ ਜੀ। ਅਸੀਂ ਕਿਹਾ ਵੀ ਦੀਪਕ ਵੀਰਾ ਕਹਿੰਦਾ ਵੀ ਚਲੋ ਕੱਲ ਨੂੰ ਵੋਟਾਂ ਨੇ ਵੀ ਆਪਾਂ ਕੱਲ ਨੂੰ ਲੈ ਲਾਂਗੇ, ਅਸੀਂ ਤਾਂ ਕਰਕੇ ਅੱਜ ਵੀ ਲਾ ਲਈ ਜੀ। ਸਾਡੀ 3 ਤਰੀਕ ਨੂੰ ਫੇਰ ਚੱਲਣੀ ਆ ਜੀ, ਉਹ ਕੰਨਿਆ ਸਕੂਲ ਕੋਲੇ। ਤੇ ਕਿੰਨੇ ਵਜੇ ਤੁਸੀਂ ਇਹ ਸਬੀਲ ਜਿਹੜੀ ਸ਼ੁਰੂ ਕਰ ਦਿੱਤੀ ਸੀ? ਇਹ ਅਸੀਂ ਜੀ 2 ਕੁ ਘੰਟੇ ਹੋ ਗਏ, 1.5 ਘੰਟਾ ਜੀ ਪਹਿਲਾਂ ਲਗਾ ਦਿੱਤੀ ਸੀ ਜੀ। ਤੇ ਸ਼ਾਮ ਦੇ ਕਿੰਨੇ ਵਜੇ ਤੱਕ ਤੁਹਾਡੀ ਉਮੀਦ ਹੈ ਵੀ ਅਸੀਂ ਲਗਾ ਕੇ ਰੱਖਾਂਗੇ ਜਮੀਨ ਲੋਕਾਂ ਲਈ? ਜਿੰਨਾ ਚਿਰ ਵੋਟਾਂ ਪੈਣਗੀਆਂ ਜੀ ਸਕੂਲ ਦੇ ਵਿੱਚ, ਉਹਨਾਂ ਚਿਰ ਸਾਡੀ ਸਬੀਲ ਚੱਲੂਗੀ ਜੀ। ਸਾਡਾ ਦੀਪਕ ਵੀਰੇ ਦਾ ਬਹੁਤ ਧੰਨਵਾਦ, ਉਹ ਸਾਨੂੰ ਬਸ ਜਦੋਂ ਵੀ ਅਸੀਂ ਕਹਿੰਦੇ ਹਾਂ ਉਹਨੂੰ, ਉਹ ਜਦੀ ਵਿਚਾਰਾ ਕਹਿ ਦਿੰਦਾ ਵੀ ਲਗਾ ਲਓ ਸਵੀਰ, ਲਗਾ ਲਓ ਜਦ ਮਰਜ਼ੀ ਲਗਾ ਲਓ, ਵੀ ਕੋਈ ਗੱਲ ਨਹੀਂ ਕਹਿੰਦਾ ਵੀ। ਇੱਕ ਹੋਰ ਤੁਹਾਨੂੰ ਦੱਸ ਦਈਏ ਵੀ ਅਸੀਂ ਦੇਖ ਰਹੇ ਸੀਗੇ ਵੀ ਤੁਸੀਂ ਵੋਟਰਾਂ ਨੂੰ ਬੜਾ ਉਤਸ਼ਾਹਿਤ ਕਰ ਰਹੇ ਹੋ ਵੀ ਵੋਟ ਪਾਓ ਤੇ ਠੰਡਾ ਮਿੱਠਾ ਜਲ ਛੱਕ ਕੇ ਜਾਓ। ਹਾਂਜੀ ਹਾਂਜੀ ਹਾਂਜੀ, ਆਜੋ ਆਜੋ ਮੇਰੇ ਵੀਰੇ, ਆਜੋ ਮਿੱਠਾ ਪਾਣੀ ਪੀਓ, ਮਿੱਠਾ ਪਾਣੀ ਪੀਓ, ਪਾਣੀ ਪੀ ਕੇ ਜਾਓ, ਵੋਟ ਪਾ ਕੇ ਆਓ, ਪਾਣੀ ਪੀ ਕੇ ਜਾਓ, ਵੋਟ ਪਾ ਕੇ ਆਓ। ਕਿਸੇ ਖਾਸ ਪਾਰਟੀ ਨੂੰ ਤਾਂ ਨਹੀਂ ਸੰਬੰਧ ਰੱਖਦੇ? ਨਹੀਂ ਨਹੀਂ ਜੀ, ਕੋਈ ਖਾਸ ਪਾਰਟੀ ਨੂੰ ਜੀ, ਸਾਡੇ ਦੀਪਕ ਵੀਰੇ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸਾਡੇ ਮਿੰਟ ਅੰਕਲ ਜੀ ਦੇ ਲੜਕਾ ਜੀ ਨੇ ਜੀ, ਉਹ ਸਾਡਾ ਬਾਪ ਬਹੁਤ ਸਹਿਯੋਗ ਦਿੰਦੇ ਨੇ ਜੀ, ਉਹਨਾਂ ਨੂੰ ਅਸੀਂ ਕੋਈ ਵੀ ਗੇਮ ਕਹਿ ਦਈਏ, ਕਬੱਡੀ ਜਾਂ ਭਲਵਾਨੀ ਕਰਨੀ ਆ ਜਾਂ ਕਿਤੇ ਵੀ ਟੂਰਨਾਮੈਂਟ ਹੋਵੇ ਜੀ, ਮਿੱਠੇ ਪਾਣੀ ਲਈ ਤਾਂ ਜੀ ਉਹ ਬਹੁਤ ਜਾਣੇ ਕਹਿੰਦੇ ਆ ਵੀ 2-3 ਦਿਨ ਬਾਅਦ ਲਾਈ ਜਾਓ। ਗਰਮੀ ਦਾ ਮੌਸਮ ਹੈ, ਕਿੰਨੇ ਕੁ ਲੋਕ ਨੇ ਜਿਹੜੇ ਹਲੇ ਤੱਕ ਤੁਹਾਡੇ ਕੋਲੋਂ ਪਾਣੀ ਪੀ ਕੇ ਜਾ ਚੁੱਕੇ ਨੇ ਜੀ? ਤਕਰੀਬਨ ਜਦੀ ਲਾਈ ਅਸੀਂ ਹਲੇ ਪਾਣੀ ਬਣਾਇਆ ਵੀ ਨਹੀਂ ਸੀਗਾ ਜੀ, ਉਦੋਂ ਤੋਂ ਹੀ ਆਉਣ ਲੱਗ ਗਏ ਸੀਗੇ ਸਾਡੇ ਕੋਲ। ਤੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਹੁਣ ਤੁਸੀਂ, ਨਾਲੇ ਠੰਡੇ ਮਿੱਠੇ ਜਲ ਨੂੰ ਤੁਸੀਂ ਛਕਾ ਰਹੇ ਹੋ ਤੇ ਵੋਟਰਾਂ ਨੂੰ ਕੀ ਅਪੀਲ ਕਰ ਰਹੇ ਹੋ ਨਾਲ ਨਾਲ? ਵੀ ਵੋਟ ਪਾ ਕੇ ਆਓ ਜੀ, ਪਾਣੀ ਪੀ ਕੇ ਜਾਓ, ਵੋਟ ਪਾ ਕੇ ਆਓ ਜੀ, ਗਰਮੀ ਬਹੁਤ ਆਈ ਉਹਦੇ ਕਰਕੇ ਸਵੀਰ ਅਸੀਂ ਲੈ ਜਾਓ। ਆਜੋ ਆਜੋ ਵੀਰੇ, ਪਾਣੀ ਪੀ ਕੇ ਜਾਓ। ਦੇਖਿਆ ਜਾਵੇ ਗਰਮੀ ਦਾ ਮੌਸਮ ਹੈ ਤੇ ਅੱਤ ਦੀ ਗਰਮੀ ਦੇ ਵਿੱਚ ਪਾਰਾ ਭਾਵੇਂ 47 ਡਿਗਰੀ ਦੇ ਤੱਕ ਪਹੁੰਚ ਗਿਆ ਹੈ, ਪਰ ਕਿਤੇ ਨਾ ਕਿਤੇ ਵੋਟਰਾਂ ਦੇ ਹੌਸਲੇ ਵੀ ਬੁਲੰਦ ਨੇ ਤੇ ਇਹਨਾਂ ਨੌਜਵਾਨਾਂ ਦੇ ਵਿੱਚ ਵੀ ਵੋਟਰਾਂ ਦੇ ਵਿੱਚ ਇੱਕ ਵੱਖਰਾ ਜਨੂਨ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਤੇ ਨਾ ਕਿਤੇ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਜਿਹੜੀ ਠੰਡੇ ਮਿੱਠੇ ਜਲ ਦੀ ਸੇਵਾ ਉਹ ਵੀ
ਜਾਰੀ ਕੀਤੀ ਹੈ ਤੇ ਸ਼ਾਮ ਤੱਕ ਜਦ ਤੱਕ ਵੋਟਾਂ ਪੈਣੀਆਂ ਨੇ ਉਦੋਂ ਤੱਕ ਇਹ ਸਬੀਲ ਜਿਹੜੀ ਚੱਲਦੀ ਰਹਿਣੀ ਹੈ ਤੇ ਵੋਟਰਾਂ ਨੂੰ ਵੀ ਅਪੀਲ ਹੈ ਕਿ ਵੱਧ ਚੜ੍ਹ ਕੇ ਜਿਹੜਾ ਆਪਣੀ ਵੋਟ ਪਾ ਕੇ ਆਉਣ ਤੇ ਘਰਾਂ ਵਿੱਚੋਂ ਉੱਠ ਕੇ ਆਪਣੀ ਵੋਟ ਸ਼ਾਮ ਦੇ 6 ਵਜੇ ਤੋਂ ਪਹਿਲਾਂ ਭੁਗਤਾ ਕੇ ਆਉਣ। ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਔਨ ਏਅਰ ਦੇ ਲਈ ਮਲੌਤ ਤੋਂ ਪ੍ਰਕਾਸ਼ ਸ਼ਰਮਾ ਦੀ ਇਹ ਖਾਸ ਰਿਪੋਰਟ।